ਦੋਸਤੋ, ਕੁਝ ਦਿਨ ਪਹਿਲਾਂ ਤੁਸੀਂ ਵੀ ਖਬਰਾਂ ਦੇ ਵਿੱਚ ਜ਼ਰੂਰ ਸੁਣਿਆ ਹੋਣਾ ਵੀ ਗਰਮੀ ਦੇ ਕਾਰਨ ਅਚਾਨਕ ਇੱਕ ਗੱਡੀ ਨੂੰ ਅੱਗ ਲੱਗ ਗਈ। ਪਰ ਦੋਸਤੋ, ਜਦੋਂ ਇਸ ਪੂਰੀ ਖਬਰ ਬਾਰੇ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ, ਉਹਨਾਂ ਨੇ ਇਸ ਦੀ ਪੂਰੀ ਜਾਂਚ ਕੀਤੀ ਤਾਂ ਉਹਨਾਂ ਨੂੰ ਕੁਝ ਹੋਰ ਹੀ ਮਿਲਿਆ। ਦੋਸਤੋ, ਹਰਚਰਨ ਸਿੰਘ ਪਿੰਡ ਦਰਾਜ ਦਾ ਰਹਿਣ ਵਾਲਾ ਇੱਕ ਕਿਸਾਨ ਸੀ ਅਤੇ ਉਸ ਦੀ ਪਤਨੀ ਦੇ ਹਰਦੀਪ ਸਿੰਘ ਨਾਲ ਨਜਾਇਜ਼ ਸੰਬੰਧ ਸਨ। ਹਰਚਰਨ ਸਿੰਘ ਦੀ ਪਤਨੀ ਸੁਖਜੀਤ ਕੌਰ ਨੇ ਆਪਣੇ ਪ੍ਰੇਮੀ ਹਰਦੀਪ ਸਿੰਘ ਨਾਲ ਮਿਲ ਕੇ ਕਿਵੇਂ ਹਰਚਰਨ ਸਿੰਘ ਦੇ ਕਤਲ ਦੀ ਸਾਜ਼ਿਸ਼ ਰਚੀ। ਦੋਸਤੋ, ਕੀ ਹੋਇਆ, ਮੀਡੀਆ ਦੇ ਵਿੱਚ ਖਬਰ ਆਈ ਵੀ ਇੱਕ ਵਿਅਕਤੀ ਅਚਾਨਕ ਗੱਡੀ ਦੇ ਵਿੱਚ ਅੱਗ ਲੱਗਣ ਨਾਲ ਉਸਦੀ ਮੌਤ ਹੋ ਗਈ। ਤਾਂ ਦੋਸਤੋ, ਇਹ ਖਬਰ ਅਖਬਾਰਾਂ ਦੇ ਵਿੱਚ ਲੱਗੀ ਤਾਂ ਪੁਲਿਸ ਨੇ ਵੀ ਇਸ ਬਾਰੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਦੋਸਤੋ, ਜਦੋਂ ਇਸ ਗੱਡੀ ਨੂੰ ਅੱਗ ਲੱਗੀ ਤਾਂ ਉਸ ਟਾਈਮ ਫਾਇਰ ਬ੍ਰਿਗੇਡ ਦੀ ਅੱਗ ਬੁਝਾਉਣ ਵਾਲੀ ਗੱਡੀ ਵੀ ਉਸ ਟਾਈਮ ਪਹੁੰਚੀ। ਤਾਂ ਦੋਸਤੋ, ਉਸ ਟਾਈਮ ਉਹਨਾਂ ਮੁਲਾਜ਼ਮਾਂ ਨੂੰ ਸ਼ੱਕ ਹੋਇਆ, ਉਹਨਾਂ ਨੇ ਉੱਥੋਂ ਦੀਆਂ ਜਿਹੜੀਆਂ CCTV ਕੈਮਰੇ ਦੀਆਂ ਫੋਟੋ ਸੀਗੀਆਂ ਉਹਨਾਂ ਨੂੰ ਦੇਖਿਆ ਤਾਂ ਉਹਨਾਂ ਨੇ ਪਾਇਆ ਕਿ ਉੱਥੇ ਇੱਕ ਗੱਡੀ ਗੁਜ਼ਰੀ ਅਤੇ ਉਹ ਗੱਡੀ ਤਕਰੀਬਨ ਉੱਥੇ 15 ਤੋਂ 20 ਮਿੰਟ ਰੁਕੀ ਰਹੀ। ਤਾਂ ਉਹਨਾਂ ਨੂੰ ਇਸ ਅੱਗ ਲੱਗਣ 'ਤੇ ਸ਼ੱਕ ਹੋਇਆ ਤਾਂ ਉਹਨਾਂ ਨੇ ਇਸ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਤਾਂ ਦੋਸਤੋ, ਇਸ ਸਟੋਰੀ ਦੇ ਵਿੱਚ ਇੱਕ ਫਿਰ ਨਵਾਂ ਮੋੜ ਆਇਆ। ਥੋੜ੍ਹੇ ਦਿਨਾਂ ਬਾਅਦ ਉਹਨਾਂ ਦੇ ਪਿੰਡ ਦੇ ਸਰਪੰਚ ਅਤੇ ਹੋਰ ਬੰਦਿਆਂ ਨੇ ਇਸ ਮਾਮਲੇ ਦੀ ਜਾਂਚ ਕਰਾਉਣੀ ਚਾਹੀ, ਕਿਉਂਕਿ ਦੋਸਤੋ, ਹਰਚਰਨ ਸਿੰਘ ਦੀ ਪਤਨੀ ਨੇ ਇਸ ਕਤਲ ਦੀ ਜਾਂਚ ਕਰਨ ਤੋਂ ਕੋਰੀ ਨਾ ਕਰ ਦਿੱਤੀ ਸੀ। ਇਸੇ ਗੱਲ ਨੂੰ ਲੈ ਕੇ ਉਹਨਾਂ ਨੂੰ ਹੋਰ ਜ਼ਿਆਦਾ ਸ਼ੱਕ ਹੋ ਗਿਆ ਤਾਂ ਉਹਨਾਂ ਨੇ ਪੁਲਿਸ ਨੂੰ ਕਿਹਾ, ਤੁਸੀਂ ਇਸ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰੋ। ਤਾਂ ਦੋਸਤੋ, ਉਹਨਾਂ ਨੇ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਤਾਂ ਪੁੱਛਗਿੱਛ ਵਿੱਚ ਪਤਾ ਲੱਗਿਆ ਕਿ ਸੁਖਜੀਤ ਕੌਰ ਦੇ ਹਰਦੀਪ ਸਿੰਘ ਬਾਦ ਨਾਲ ਨਜਾਇਜ਼ ਸੰਬੰਧ ਸਨ। ਉਹਨਾਂ ਨੇ ਇਹ ਮਿਲ ਕੇ ਅਤੇ ਉਹਨਾਂ ਦਾ ਇੱਕ ਦੋਸਤ ਹੋਰ, ਉਹਨਾਂ ਨੇ ਇਹ ਮਿਲ ਕੇ ਇੱਕ ਸਾਜਿਸ਼ ਘੜੀ ਸੀ ਅਤੇ ਉਸ ਤੋਂ ਬਾਅਦ ਇਸ ਘਟਨਾ ਨੂੰ ਉਹਨਾਂ ਨੇ ਅੰਜਾਮ ਦਿੱਤਾ ਸੀ। ਹਰਦੀਪ ਸਿੰਘ ਨੇ ਵਾਰ ਵਾਰ ਫੋਨ ਕਰਕੇ ਘਟਨਾ ਵਾਲੀ ਥਾਂ ਦੇ ਉੱਤੇ ਬੁਲਾਇਆ ਤਾਂ ਜਦੋਂ ਹਰਚਰਨ ਸਿੰਘ ਉਸ ਜਗ੍ਹਾ ਦੇ ਉੱਤੇ ਆਇਆ ਤਾਂ ਉਹਨਾਂ ਨੇ ਉਸਦੀ ਗੱਡੀ ਦੇ ਵਿੱਚ ਬੈਠ ਕੇ ਹਰਚਰਨ ਸਿੰਘ ਦੇ ਮੂੰਹ ਦੇ ਵਿੱਚ ਮੱਛਰਾਂ ਵਾਲੀ ਦਵਾਈ ਪਾ ਕੇ ਉਹਨੂੰ ਬੇਹੋਸ਼ ਕਰ ਦਿੱਤਾ ਅਤੇ ਉਸ ਤੋਂ ਬਾਅਦ ਉਹਨਾਂ ਨੇ ਗੱਡੀ ਨੂੰ ਅੱਗ ਲਗਾ ਕੇ ਸਾੜ ਦਿੱਤਾ। ਤਾਂ ਦੋਸਤੋ, ਉਸ ਤੋਂ ਬਾਅਦ ਉਹ 10-15 ਮਿੰਟ ਉਸੇ ਜਗ੍ਹਾ ਦੇ ਉੱਤੇ ਖੜ੍ਹੇ ਰਹੇ ਅਤੇ ਜਿਸ ਕਰਕੇ ਉਹ CCTV ਫੋਟੋ ਦੇ ਵਿੱਚ ਆ ਗਏ ਅਤੇ ਪੁਲਿਸ ਨੇ ਉੱਥੋਂ ਵੀ ਇਹਨਾਂ ਨੂੰ ਸ਼ੱਕ ਦੇ ਦਾਇਰੇ ਦੇ ਵਿੱਚ ਲੈ ਲਿਆ। ਕਿਉਂਕਿ ਦੋਸਤੋ, ਹਰਚਰਨ ਸਿੰਘ ਇੱਕ ਸਾਊ ਅਤੇ ਸਾਫ ਦਿਲ ਵਾਲਾ ਇਨਸਾਨ ਸੀ, ਉਸਦੇ ਕੋਲ ਤਕਰੀਬਨ 10 ਏਕੜ ਜ਼ਮੀਨ ਵੀ ਹੈਗੀ ਸੀ ਅਤੇ ਜਦੋਂ ਹਰਚਰਨ ਸਿੰਘ ਨੂੰ ਆਪਣੀ ਪਤਨੀ ਦੇ ਨਜਾਇਜ਼ ਸੰਬੰਧਾਂ ਬਾਰੇ ਪਤਾ ਲੱਗਿਆ ਤਾਂ ਉਸਨੇ ਆਪਣੀ ਪਤਨੀ ਨੂੰ ਰੋਕਣਾ ਚਾਹਿਆ ਤਾਂ ਉਹਦੀ ਪਤਨੀ ਨਾਲ ਥੋੜ੍ਹੀ ਮੋਟੀ ਅਣਬਣ ਹੋ ਗਈ। ਉਸ ਤੋਂ ਬਾਅਦ ਉਸਨੇ ਆਪਣੇ ਆਸ਼ਕ ਹਰਦੀਪ ਸਿੰਘ ਨੂੰ ਦੱਸਿਆ ਤਾਂ ਉਹਨਾਂ ਨੇ ਮਿਲ ਕੇ ਹਰਚਰਨ ਸਿੰਘ ਦਾ ਕਤਲ ਕਰਵਾ ਦਿੱਤਾ। ਕਿਉਂਕਿ ਦੋਸਤੋ, ਕੁਝ ਦਿਨ ਪਹਿਲਾਂ ਹਰਚਰਨ ਸਿੰਘ ਦਾ ਉਸਦੀ ਪਤਨੀ ਨੇ 1 ਕਰੋੜ ਦਾ ਬੀਮਾ ਵੀ ਕਰਵਾਇਆ ਸੀ ਅਤੇ ਉਹਨਾਂ ਦੇ ਮਨ ਦੇ ਵਿੱਚ ਲਾਲਚ ਪੈਦਾ ਹੋ ਗਿਆ ਵੀ ਕਿਉਂ ਨਾ ਆਪਾਂ ਹਰਚਰਨ ਸਿੰਘ ਨੂੰ ਆਪਣੇ ਰਸਤੇ ਤੋਂ ਸਾਈਡ 'ਤੇ ਕਰ ਦਈਏ
ਅਤੇ ਨਾਲੇ ਆਪਾਂ 1 ਕਰੋੜ ਦੀ ਰਾਸ਼ੀ ਵੀ ਹੜੱਪ ਲਾਂਗੇ ਅਤੇ ਨਾਲੇ ਆਪਣਾ ਰਾਹ ਵੀ ਸਾਫ਼ ਹੋ ਜੂਗਾ। ਪਰ ਦੋਸਤੋ ਤੁਹਾਨੂੰ ਵੀ ਪਤਾ ਹੈ ਵੀ ਕਾਨੂੰਨ ਦੇ ਜਿਹੜੇ ਹੱਥ ਹੁੰਦੇ ਨੇ ਉਹ ਬਹੁਤ ਜ਼ਿਆਦਾ ਲੰਬੇ ਹੁੰਦੇ ਨੇ ਅਤੇ ਕਾਨੂੰਨ ਨੇ ਇਸ ਦੀ ਜਾਂਚ ਪੜਤਾਲ ਚੰਗੀ ਤਰ੍ਹਾਂ ਕੀਤੀ। ਸੁਖਜੀਤ ਕੌਰ ਅਤੇ ਉਸ ਦੇ ਆਸ਼ਿਕ ਹਰਦੀਪ ਸਿੰਘ ਨੂੰ ਅਤੇ ਉਸਦੇ ਇੱਕ ਦੋਸਤ ਨੂੰ ਗ੍ਰਿਫਤਾਰ ਕਰ ਲਿਆ ਅਤੇ ਅਗਲੀ ਕਾਰਵਾਈ ਹੈ ਜਿਹੜੀ ਉਹ ਸ਼ੁਰੂ ਕਰ ਦਿੱਤੀ ਆ। ਦੋਸਤੋ ਪਿੰਡ ਵਾਲਿਆਂ ਨੇ ਦੱਸਿਆ ਕਿ ਹਰਚਰਨ ਸਿੰਘ ਇੱਕ ਬਹੁਤ ਅੱਛਾ ਇਨਸਾਨ ਸੀਗਾ ਅਤੇ ਉਸਦੀ ਪਤਨੀ ਨੇ ਉਸਦਾ ਕਤਲ ਕਰਵਾ ਕੇ ਉਸਨੂੰ ਮਰਵਾ ਦਿੱਤਾ ਅਤੇ ਉਹਨਾਂ ਨੇ ਮੰਗ ਕੀਤੀ ਕਿ ਇਸ ਨੂੰ ਵੱਧ ਤੋਂ ਵੱਧ ਸਜ਼ਾ ਦਵਾਈ ਜਾਵੇ। ਦੋਸਤੋ ਜੇਕਰ ਤੁਹਾਨੂੰ ਇਹ ਸਟੋਰੀ ਵਧੀਆ ਲੱਗੀ ਤਾਂ ਹੋਰਾਂ ਤੱਕ ਵੀ ਜ਼ਰੂਰ ਸ਼ੇਅਰ ਕਰਿਓ। ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ। ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ।